हाँ जी आ पैशन जिहड़ा तुहानूं कहा सी 5000 दा आ प्लैटिना 10000 दा कहा सी ठीक है आ डिस्कवर तुहानूं 5000 दा कहा सी इह घट रहीआं वाली चीज़ां ने वाहिगुरू जी का खालसा वाहिगुरू जी की फतेह सो दोस्तों मेरे मित्र नूं मिलो मनजीत सिंह बंटी तो इन्हां कोल आउण दा अज खास कारण है वा कि इहना मैनूं फोन ते बड़े दावे करदे आ कि मैं पंजाब दे सब तो सस्ते मोटरसाइकिल वेचदा तो मैं अज इन्हां नूं कोई स्पैशली पुछण ही आया कि बई किदां वेचदे आ तो इन्हां कोल स्टॉक काफ़ी ज़्यादा खड़ा अज भी मैनूं लगता 150-200 दे करीब इन्हां कोल स्टॉक खड़ा टू व्हीलर दे विच ते बड़े वड्डे लैवल ते कम करदे आ वीडियो बनाउण दा मेन मकसद आ कि शायद किसे ने खरीदना होए ते किसे नूं फायदा हो जाए घट रेट ते मिल जाए सो वीर जी हाँ जी बड़ा धन्यवाद तुसीं टाइम दित्ता मैनूं सत श्री अकाल जी सत श्री अकाल जी अच्छा तुसीं किदां वेचदे हो सब तो घट रेट ते ਅਮਨ ਜੀ ਇਸ ਤਰ੍ਹਾਂ ਮੈਂ ਮੋਟਰਸਾਈਕਲ ਜਿਹੜੇ ਆ ਖਰੀਦ ਰਿਹਾ ਨਾ ਇਹ ਬੈਂਕਾਂ ਦੇ ਥਰੂ ਖਰੀਦਦੇ ਹਾਂ ਅੱਛਾ ਜਿਹੜੇ ਬੈਂਕ ਵਾਲੇ ਕਿਸ਼ਤਾਂ ਨਹੀਂ ਲੋਕ ਤਾਰਦੇ ਉਹ ਚੁੱਕ ਕੇ ਬੈਂਕ ਵਾਲੇ ਲੈ ਜਾਂਦੇ ਆ ਅੱਛਾ ਉਸ ਤੋਂ ਬਾਅਦ ਇਹਨਾਂ ਦੀ ਆਪਸ਼ਨ ਵਗੈਰਾ ਹੁੰਦੀ ਉਹ ਮੈਂ ਖਰੀਦ ਕੇ ਲੈ ਆਉਂਦਾ ਵਾਂ ਠੀਕ ਈਵਨ ਕਿ ਮੈਂ ਇਕੱਲਾ ਪੰਜਾਬ 'ਚ ਨਹੀਂ ਹਿਮਾਚਲ ਹਰਿਆਣਾ ਦਿੱਲੀ ਇੱਥੋਂ ਤੱਕ ਲੈ ਕੇ ਆਉਂਦਾ ਜਿਹੜੇ ਆਪਣੇ ਏਰੀਏ ਦੇ ਮੋਟਰਸਾਈਕਲ ਨੇ ਅੱਛਾ ਸਭ ਤੋਂ ਸਸਤੇ ਰੇਟ 'ਚ ਤੁਹਾਡੇ ਕੋਲ ਕੀ ਆ ਸਭ ਤੋਂ ਸਸਤੇ ਤਾਂ ਆਪਣੇ ਕੋਲ 5000 ਤੋਂ ਸਟਾਰਟ ਹੋ ਜਾਂਦਾ ਮੋਟਰਸਾਈਕਲ ਅੱਛਾ 5000 ਤੇ ਵੀ ਹਾਂਜੀ 5000 ਤੋਂ ਮਿਲ ਵੇਖ ਲਓ ਵੀਡੀਓ ਦੇਖਦੇ 5000 'ਚ ਦੇ ਦੋਗੇ ਬਿਲਕੁਲ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਮੋਟਰਸਾਈਕਲ ਵੀ ਦਿਖਾ ਦਿੰਦਾ ਠੀਕ ਹੈ 5000 'ਚ ਕੀ ਦੋਗੇ ਸਾਨੂੰ ਪੈਸ਼ਨ ਮਿਲ ਜਾਏਗਾ ਮੋਟਰਸਾਈਕਲ ਤੁਹਾਨੂੰ 5000 ਅੱਛਾ ਹੋਰ ਕੋਈ ਉਸ ਤੋਂ ਉੱਪਰ ਡਿਸਕਵਰ ਮਿਲ ਜਾਏਗਾ ਮੋਟਰਸਾਈਕਲ ਅੱਛਾ 10000 ਦੀ ਰੇਂਜ ਦੇ ਵਿੱਚ ਥੱਲੇ ਵੀ ਆਪਣੇ ਕੋਲ 10000 'ਚ ਆਪਣੇ ਕੋਲ ਸਪਲੈਂਡਰ ਮਿਲ ਜਾਏਗਾ ਠੀਕ ਹੈ ਹੌਂਡਾ ਦਾ ਮੋਟਰਸਾਈਕਲ ਆਉਂਦਾ ਉਹ ਮਿਲ ਜਾਏਗਾ ਵੈਰਾਈਟੀ ਜਿਹੜੀ 10000 ਦੀ ਰੇਂਜ ਮਿਲ ਜਾਂਦੀ ਆ ਤੇ ਹੋਰ ਨਵੀਆਂ ਕੰਡੀਸ਼ਨ 'ਚ ਵੀ ਹੈਗੇ ਆਪਣੇ ਕੋਲ ਬਿਲਕੁਲ ਘੱਟ ਚੱਲੇ ਬਿਲਕੁਲ ਵੀ ਜਿੱਦਾਂ ਆਪਣੇ ਕੋਲ 22 ਮਾਡਲ ਵੀ ਹੁੰਦੇ ਆ ਚਲੋ ਇਸ ਵੇਲੇ ਨਹੀਂ ਹੈਗਾ ਮੈਂ ਵੇਚ ਚੁੱਕਾ ਹਾਂ ਉਦਾਂ 21 ਮਾਡਲ ਜਿੰਨੇ ਮਰਜ਼ੀ ਉਹ ਸਾਰੀ ਸਟਾਕ ਹੈਗਾ ਸਾਰੀ ਵੈਰਾਈਟੀ ਹੈਗੀ ਜਿੱਦਾਂ ਤੁਸੀਂ ਕਹਿੰਦੇ ਹੋ ਤੁਹਾਡੇ ਕੋਲ ਹਰਿਆਣਾ ਹਿਮਾਚਲ ਸੌਰੀ ਜੰਮੂ ਤੋਂ ਵੀ ਆਉਂਦੇ ਆ ਕਸਟਮਰ ਹਾਂਜੀ ਹਾਂਜੀ ਤੁਸੀਂ ਪਹਿਲਾਂ ਮੈਨੂੰ ਦੱਸਿਆ ਅੱਛਾ ਉਹਦੀ ਐਨਓਸੀ ਵਗੈਰਾ ਦੀ ਕਿੱਦਾਂ ਐਨਓਸੀ ਦਾ ਇਦਾਂ ਵਾ ਐਨਓਸੀ ਉਹਨਾਂ ਨੂੰ ਕਰਵਾ ਦਈਦੀ ਆ ਜਿੱਦਾਂ ਜੰਮੂ ਲੈ ਕੇ ਜਾਣੀ ਉਹਨਾਂ ਨੇ ਇੱਥੋਂ ਐਨਓਸੀ ਲੈ ਕੇ ਦੇ ਦਈਦੀ ਆ ਉਹ ਹੈਗੇ ਨੇ ਲੈ ਬਾਕੀ ਪੇਪਰ ਜਿਹੜੇ ਉਹ ਤੁਸੀਂ ਤੁਹਾਡੇ ਵੱਲੋਂ ਜਿਹੜੇ ਬਣਨੇ ਚਾਹੀਦੇ ਉਹ ਕੰਪਲੀਟ ਕਰਕੇ ਦਿੰਦੇ ਆ ਹਾਂ ਉਹ ਕੰਪਲੀਟ ਕਰਕੇ ਹੀ ਦਿੰਦੇ ਆ ਠੀਕ ਹੈ ਚਲੋ ਮੈਨੂੰ ਤੁਸੀਂ ਹੁਣ ਸਟਾਕ ਆਪਣਾ ਸਾਰਾ ਦਿਖਾ ਦਿਓ ਜ਼ਰੂਰ ਜੀ ਆਪਾਂ ਹਾਂਜੀ ਭਾਅ ਜੀ ਆਪਣਾ ਸਟਾਕ ਦਿਖਾ ਦਿਓ ਹਾਂਜੀ ਹਰਮਨ ਜੀ ਤੁਹਾਨੂੰ ਮੈਂ ਕਿਹਾ ਸੀ ਮੇਰੇ ਕੋਲ 5000 ਤੋਂ ਸਟਾਰਟ ਹੈ ਮੋਟਰਸਾਈਕਲ ਤੇ ਉਸ ਤੋਂ ਅੱਗੇ ਫਿਰ ਜਿੰਨੀ ਮਰਜ਼ੀ ਤੱਕ ਰੇਂਜ ਤੇ ਮਹਿੰਗੇ ਤੋਂ ਮਹਿੰਗਾ ਵੀ ਹੈਗਾ ਠੀਕ ਜਿੱਦਾਂ ਤੁਸੀਂ ਵੇਖ ਰਹੇ ਹੋ ਵੀ ਆ ਐਕਟੀਵਾ ਹੈ 2021 ਮਾਡਲ ਹੈ ਮੇਰੇ ਕੋਲ ਠੀਕ ਹੈ ਇਹ 3000 ਚੱਲੀ ਹੈ ਇਹ ਤੁਹਾਨੂੰ ਜਿਹੜੀ ਨਾ ਇਹ ਕੋਈ 65000 ਦੀ ਮਿਲ ਜਾਏਗੀ ਅੱਛਾ ਕੰਪਨੀ ਰਿਕਾਰਡ ਨਾਲ 3000 ਚੱਲੀ ਹੈ ਹਾਂਜੀ ਬਿਲਕੁਲ ਕੰਪਨੀ ਰਿਕਾਰਡ ਨਾਲ ਚੱਲੀ ਹੈ ਠੀਕ ਹੈ ਜੀ ਅੱਗੇ ਦਿਖਾ ਦਿਓ ਜੀ ਅੱਗੇ ਜਿਸ ਤਰ੍ਹਾਂ ਹੁਣ ਉੱਚੇ ਮਾਡਲਾਂ 'ਚ ਆ ਗਏ ਆਪਾਂ ਇਹ ਸਪਲੈਂਡਰ ਲੱਗਾ ਆ 2021 ਮਾਡਲ ਹੈ ਠੀਕ ਹੈ ਇਹਦਾ ਕੀ ਰੇਟ ਹੈ ਇਹ ਤੁਹਾਨੂੰ 64000 ਦਾ ਮਿਲ ਜਾਏਗਾ ਸੈਲਫ ਸਟਾਰਟ ਹੈ ਚੱਲਿਆ ਕਿੰਨਾ ਚੱਲਿਆ ਜੀ ਇਹ ਮੇਰੇ ਖਿਆਲ ਨਾਲ ਹਾਂ 10000 ਚੱਲਿਆ ਚਲੋ ਜਿਸ ਤਰ੍ਹਾਂ ਕਿਹਾ ਤੁਸੀਂ ਦੇਖ ਰਹੇ 2021 ਮਾਡਲ ਹੈ ਐਕਟਿਵਾ ਇਹ ਵੀ 65000 ਦੀ ਹੈ ਚੱਲੀ 5000 ਹੈ ਉਹ ਜੁਪੀਟਰ ਲੱਗੀ ਜੇ 2020 ਮਾਡਲ ਹੈ ਉਹ 58000 ਦੀ ਮਿਲ ਜਾਏਗੀ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਹ 21 ਮਾਡਲ ਲੱਗਾ ਹੋਇਆ HF ਡੀਲਕਸ ਹੈ ਇਹ 50000 ਦਾ ਮਿਲ ਜਾਏਗਾ CT 100 ਇਹ ਪੁਰਾਣਾ ਮਾਡਲ ਹੈ 16 ਮਾਡਲ ਹੈ ਇਹ 22000 ਦਾ ਮਿਲ ਜਾਏਗਾ ਉਹ ਪਲੈਟੀਨਾ 19 ਮਾਡਲ ਹੈ ਉਹ 45000 ਦਾ ਮਿਲ ਜਾਏਗਾ ਇਹ ਮਾਈਸਟਰੋ ਹੈਗੀ ਹੈ 19 ਮਾਡਲ ਇਹ 38000 ਦੀ ਮਿਲ ਜਾਏਗੀ ਠੀਕ ਹੈ ਜੀ ਇਹ ਐਕਟਿਵ ਹੈਗੀ ਹੈ 18 ਮਾਡਲ ਇਹ ਤੁਹਾਨੂੰ ਮਿਲ ਜਾਏਗੀ ਕੋਈ 48000 ਦੀ ਠੀਕ ਹੈ ਜੀ ਪਿਛਲਾ ਰੋਡ ਦਿਖਾ ਦਿਓ ਜੀ ਇਹ ਥੋੜ੍ਹਾ ਪੁਰਾਣਾ ਸਟਾਕ ਹੈ 14 ਮਾਡਲ ਹੈ ਅੱਛਾ ਇਹ 25000 ਦੀ ਰੇਂਜ ਮਿਲ ਜਾਏਗੀ ਜਿਸ ਤਰ੍ਹਾਂ ਇਹ ਲੱਗਾ HF ਡੀਲਕਸ ਹੈ 20 ਮਾਡਲ ਹੈ ਇਹ 48000 ਦਾ ਮਿਲ ਜਾਏਗਾ ਠੀਕ ਹੈ ਇਹ ਅਪਾਚੀ ਹੈ 21 ਮਾਡਲ ਹੈ ਇਹ ਤਾਂ ਬਿਲਕੁਲ ਨਵੀਂ ਕੰਡੀਸ਼ਨ 'ਚ ਲੱਗਦਾ ਬਿਲਕੁਲ ਜੀ ਬਿਲਕੁਲ ਇਹ 3000 ਚੱਲਿਆ ਜੀ ਅੱਛਾ ਜੀ ਬੜਾ ਘੱਟ ਚੱਲਿਆ ਹਾਂਜੀ ਹਾਂਜੀ ਮਤਲਬ ਇਹ ਪੱਕੀ ਗੱਲ ਹੈ ਕਿ ਕੰਪਨੀ ਰਿਕਾਰਡ ਨਾਲ ਚੱਲਿਆ ਬਿਲਕੁਲ ਬਿਲਕੁਲ ਇਹ ਹਰਮਨ ਜੀ ਇਦਾਂ ਨਾ ਬੈਂਕ ਵਾਲੇ ਕੀ ਕਰਦੇ ਵੀ ਬਿਲਕੁਲ ਨਵਾਂ ਸੇਲ ਕਰਦੇ ਆ ਠੀਕ ਹੈ ਉਹ ਜਿੱਦਾਂ 1-2 ਕਿਸ਼ਤ ਟੁੱਟ ਗਈ ਉਹਨਾਂ ਨਾਲ ਹੀ ਚੁੱਕ ਲੈਣਾ ਵਾ ਇਹ ਖੜੇ ਬੈਂਕਾਂ 'ਚ 4-5 ਮਹੀਨੇ ਰਹਿ ਜਾਂਦੇ ਆ ਉਸ ਤੋਂ ਬਾਅਦ ਹੀ ਆਪਸ਼ਨ ਹੁੰਦੀ ਜਾਂ ਦੀ ਉਹਨਾਂ ਦੀ ਕੋਈ ਹੁੰਦਾ ਆਪਣਾ ਪ੍ਰੋਸੀਜਰ ਹੁੰਦਾ ਉਹਨਾਂ ਦਾ ਵੇਟ ਕਰਨਾ ਹੁੰਦਾ ਕਸਟਮਰ ਦਾ ਅੱਛਾ ਜਿਹੜੇ ਕਸਟਮਰ ਨੂੰ ਪੇਪਰਾਂ ਦੀ ਕਾਰਵਾਈ ਆ ਹਾਂਜੀ ਉਹ ਤੁਸੀਂ ਸਾਰੀ ਪ੍ਰੋਵਾਈਡ ਕਰਾ ਕੇ ਦੋਗੇ ਜਿੱਦਾਂ ਬੈਂਕ ਤੋਂ ਬੈਂਕ ਨੇ ਚੱਕੇ ਆ ਬਿਲਕੁਲ ਇਹਨਾਂ ਦੇ ਪੇਪਰਾਂ ਦਾ ਤਾਂ ਨਹੀਂ ਕੋਈ ਰੌਲਾ ਪੈਂਦਾ ਨਹੀਂ ਨਹੀਂ ਪੇਪਰ ਬਿਲਕੁਲ ਸਾਰਾ ਕਲੀਅਰ ਦਵਾਂਗੇ ਸਭ ਕੁਝ ਕਲੀਅਰ ਦਵਾ ਕੇ ਬੰਦੇ ਦੇ ਨਾਂ ਤੇ ਟ੍ਰਾਂਸਫਰ ਕਰਾ ਕੇ ਦੋ ਈਵਨ ਕਿ ਕਸਟਮਰ ਕਹੇਗਾ ਮੇਰੇ ਨਾਂ ਤੇ ਕਰਾ ਕੇ ਦੋ ਉਹ ਵੀ ਕਰਵਾ ਕੇ ਦੇਈਦਾ ਵਾ ਠੀਕ ਹੈ ਜੀ ਅਗਲਾ ਲੋਟ ਦੱਸ ਦਿਓ ਜੀ ਇਹ ਜਿੱਦਾਂ ਇਹ TVS ਪੈਪ ਦੇਖ ਰਹੇ ਹੋ ਤੁਸੀਂ ਇਹ 20 ਮਾਡਲ ਹੈ ਠੀਕ ਹੈ ਇਹ 3000 ਚੱਲੀ ਹੈ ਸਿਰਫ 3000 ਹਾਂਜੀ 3000 ਚੱਲੀ ਹੈ 42000 ਦੀ ਹੈ ਠੀਕ ਹੈ ਇਹ ਹੈਗਾ CD 110 ਹੈ ਇਹ 20 ਮਾਡਲ ਹੈ ਠੀਕ ਹੈ ਇਹ 50000 ਦਾ ਮਿਲ ਜਾਏਗਾ ਸੈਲਫ ਸਟਾਰਟ ਇਹ ਬਿਲਕੁਲ ਹੀ ਘੱਟ ਚੱਲੇ ਹੋਏ ਮੋਟਰਸਾਈਕਲ ਇਹ ਜਿੱਦਾਂ ਆਹ ਡੈਸਟੀਨੀ ਹੀਰੋ ਵਾਲਿਆਂ ਦੀ ਇਹ ਵੀ 20 ਮਾਡਲ ਹੈ ਇਹ 52000 ਦੀ ਮਿਲ ਜਾਏਗੀ ਅੱਛਾ ਤੁਸੀਂ ਜਿਹੜੇ ਰੇਟ ਦੱਸ ਰਹੇ ਹੋ ਹਾਂਜੀ ਹਾਂਜੀ ਮੰਨ ਲਓ ਹੁਣ ਕੋਈ ਕਹਿ ਦੇਗਾ ਕਿ ਮੈਂ ਹਰਮਨ ਬਾਜਵੇ ਦਾ ਫਰੈਂਡ ਹਾਂ ਉਹਦਾ ਕੋਈ ਮਾਨ ਸਤਿਕਾਰ ਕਰੋਗੇ ਜਾਂ ਕੋਈ ਬਿਲਕੁਲ ਜੀ ਬਿਲਕੁਲ ਜਿਹੜਾ ਦੂਰੋਂ ਨੇੜੋਂ ਮੇਰਾ ਤੁਹਾਡਾ ਸੱਜਣ ਜਾਂ ਮੇਰਾ ਸੱਜਣ ਆਏਗਾ ਜ਼ਰੂਰ ਮਾਨ ਕਰਾਂਗੇ ਜਿਹੜਾ ਵੀਡੀਓ ਵੇਖ ਕੇ ਆਏਗਾ ਉਹਦਾ ਜ਼ਰੂਰ ਮਾਨ ਕੀਤਾ ਜਾਊਗਾ ਠੀਕ ਹੈ ਜੀ ਅਗਲਾ ਸਟਾਕ ਦੱਸ ਦਿਓ ਅਗਲੇ 'ਚ ਹਰਮਨ ਜੀ ਆਹ ਥੋੜ੍ਹਾ ਨੀਵਾਂ ਮਾਡਲ ਹੈ
ਇਹ 18 ਮਾਡਲ ਹੈ ਇਹ 28,000 ਦਾ ਮਿਲ ਜਾਏਗਾ ਉਹ 19 ਮਾਡਲ ਹੈ ਉਹ 54,000 ਦਾ ਮਿਲ ਜਾਏਗਾ ਸੈਲਫ ਸਟਾਰਟ ਮੋਟਰਸਾਈਕਲ ਠੀਕ ਹੈ ਉਹ ਐਕਟਿਵ 19 ਮਾਡਲ ਹੈ ਉਹ 55,000 ਦੀ ਮਿਲ ਜਾਏਗੀ ਠੀਕ ਹੈ ਇਸ ਤਰ੍ਹਾਂ ਹੀ ਲੱਗੇ ਹੋਏ ਨੇ ਹੁਣ ਆਹ ਘੱਟ ਰੇਂਜ 'ਚ ਜਿੱਦਾਂ ਕਿਸੇ ਨੇ ਲੈਣੀ ਹੋਵੇ ਇਹ 18,000 ਦੀ ਮਿਲ ਜਾਏਗੀ ਅਸੈਸ ਆ 13 ਮਾਡਲ ਹੈ ਠੀਕ ਹੈ ਆਹ 21 ਮਾਡਲ ਸਾਡੇ ਕੋਲ ਜੁਪੀਟਰ ਲੱਗੀ ਹੈ ਇਹ ਬਿਲਕੁਲ ਹੀ ਬ੍ਰਾਂਡ ਨਿਊ 3,000 ਚੱਲੀ ਹੈ ਵੀ ਇਹ 65,000 ਦੀ ਮਿਲ ਜਾਏਗੀ ਠੀਕ ਹੈ ਉਹ ਵੀ ਅੱਗੇ 19 ਮਾਡਲ ਹੈ ਉਹ 45,000 ਦੀ ਮਿਲ ਜਾਏਗੀ ਡੈਸਟੀਨੀ ਹੀਰੋ ਵਾਲਿਆਂ ਦੀ ਠੀਕ ਹੈ ਦੋਸਤੋ ਇਹ ਜਿਹੜਾ ਲੋਟ ਹੈ ਨਾ ਕਾਫੀ ਇਦਾਂ ਖੜਾ ਰਹਿੰਦਾ ਘੱਟਾ ਮਿੱਟੀ ਪੈਂਦਾ ਰਹਿੰਦਾ ਇਸ ਕਰਕੇ ਸਾਫ਼ ਸਫਾਈ ਇਹਨਾਂ ਦੀ ਨਹੀਂ ਕੀਤੀ ਗਈ ਜਦੋਂ ਤੁਸੀਂ ਆਓਗੇ ਤੁਹਾਨੂੰ ਐਨ ਵਧੀਆ ਕੰਡੀਸ਼ਨ 'ਚ ਸਾਰਾ ਸਟਾਕ ਮਿਲੇਗਾ ਸਟਾਕ ਅੱਗੇ ਵੀ ਅਜੇ ਬਹੁਤ ਆ ਜੁੜੇ ਰਹੋ ਇਹ ਬੜੀ ਬ੍ਰਾਂਡ ਨਿਊ ਕੰਡੀਸ਼ਨ ਆ ਹਾਂਜੀ ਇਹ ਹਰਮਨ ਜੀ ਇਹ 19 ਮਾਡਲ ਹੈ ਪਲੇਜ਼ਰ ਹੀਰੋ ਵਾਲਿਆਂ ਦੀ ਇਹ 7,000 ਚੱਲੀ ਸਾਰੀ ਇਹ ਤੁਹਾਨੂੰ 40,000 ਦੀ ਮਿਲ ਜਾਏਗੀ ਠੀਕ ਹੈ ਜੀ ਇਹ 19 ਮਾਡਲ ਦੀ ਜੁਪੀਟਰ ਹੈ ਇਹ ਵੀ ਕੋਈ 13,000 ਚੱਲੀ ਹੈ ਇਹ ਵੀ ਬਹੁਤ ਵਧੀਆ ਕੰਡੀਸ਼ਨ ਦੀ ਹੈ ਇਹ ਤੁਹਾਨੂੰ 52,000 ਦੀ ਮਿਲ ਜਾਏਗੀ ਠੀਕ ਹੈ ਜੀ 21 ਮਾਡਲ ਹੈ ਇਹ ਕਲਾਸਿਕ ਮਾਡਲ ਆਉਂਦਾ ਕਿਹੜਾ 2021 2021 ਇਹ ਕਲਾਸਿਕ ਮਾਡਲ ਹੈ 2000 ਚੱਲੀ ਹੈ ਸਿਰਫ 2000 ਹਾਂਜੀ 2000 ਚੱਲੀ ਹੈ ਜੈਨੂਅਨ ਇਹ 56,000 ਦੀ ਮਿਲ ਜਾਏਗੀ ਹੁਣ ਅੱਗੇ ਹਰਮਨ ਜੀ ਇਹ ਸੈਗਮੈਂਟ ਆ ਗਿਆ ਵਾ ਇਹ ਰੇਂਜ ਮਿਡਲ ਜੀ ਰੇਂਜ ਹੈ ਮਤਲਬ ਐਵਰੇਜ ਰੇਂਜ ਹੈ ਜਿੱਦਾਂ 30,000 ਤੋਂ 40,000 ਦੇ ਵਿੱਚ ਰੇਂਜ ਆ ਜਾਂਦੀ ਹੈ ਇਹ ਪਲੈਟੀਨਾ ਹੈਗਾ 19 ਮਾਡਲ ਇਹ ਤੁਹਾਨੂੰ 46 ਦਾ ਮਿਲ ਜਾਏਗਾ ਸੈਲਫ ਸਟਾਰਟ ਹੈ ਠੀਕ ਹੈ ਆ 20 ਮਾਡਲ ਹੈ CT 100 ਹੈ 110 cc ਹੈ ਇਹ 48,000 ਦਾ ਮਿਲ ਜਾਏਗਾ ਠੀਕ ਹੈ ਇਹ 16 ਮਾਡਲ ਹੈ CT 100 ਇਹ 25,000 ਦਾ ਮਿਲ ਜਾਏਗਾ ਅੱਛਾ ਜੀ ਆ 18 ਮਾਡਲ ਹੈ ਇਹ 32,000 ਦਾ ਮਿਲ ਜਾਏਗਾ ਇਸੇ ਤਰ੍ਹਾਂ ਹੀ ਇਹ 19 ਮਾਡਲ ਹੈ ਇਹ ਹੌਂਡਾ ਵਾਲਿਆਂ ਦਾ CD 110 ਹੈ ਇਹ 45,000 ਦਾ ਮਿਲ ਜਾਏਗਾ ਇਹ 2021 ਮਾਡਲ ਹੈ ਇਹ ਥੋੜ੍ਹਾ ਮਹਿੰਗੀ ਰੇਂਜ ਆ ਜਾਂਦਾ 55,000 ਦਾ ਵਾ ਇਹ 19 ਮਾਡਲ ਹੈ HF Deluxe ਹੀਰੋ ਵਾਲਿਆਂ ਦਾ ਇਹ 43,000 ਦਾ ਮਿਲ ਜਾਏਗਾ ਇਸੇ ਤਰ੍ਹਾਂ ਇਹ 20 ਮਾਡਲ ਹੈ ਇਹ 48,000 ਦਾ ਮਿਲ ਜਾਏਗਾ ਹਰਮਨ ਜੀ ਆਹ ਸਪਲੈਂਡਰ 2021 ਮਾਡਲ ਇਹ 6800 ਚੱਲਿਆ ਸਾਰਾ ਇਹ ਸੈਲਫ ਸਟਾਰਟ ਹੈ 65,000 ਦਾ ਮਿਲ ਜਾਏਗਾ ਆਪਾਂ ਨੂੰ ਇਸੇ ਤਰ੍ਹਾਂ ਹੀ ਆਹ ਵਾਲਾ 20 ਮਾਡਲ ਹੈ ਇਹ ਵੀ 48,000 ਦਾ ਮਿਲ ਜਾਏਗਾ ਮੋਪਿਡ 'ਚ ਕਾਫੀ ਵਰਾਇਟੀ ਹੈ ਸਭ ਤੋਂ ਜ਼ਿਆਦਾ ਵਰਾਇਟੀ ਮੋਪਿਡ 'ਚ ਹੀ ਹੈ ਜਿਸ ਤਰ੍ਹਾਂ ਹੌਂਡਾ ਵਾਲਿਆਂ ਦੀ ਐਕਟਿਵਾ 125 cc ਹੈ ਇਹ 2019 ਮਾਡਲ ਹੈ ਇਹ 56,000 ਦੀ ਮਿਲ ਜਾਏਗੀ 56,000 ਦੀ ਇਸੇ ਤਰ੍ਹਾਂ ਹੀ ਹੌਂਡਾ ਦੀ ਇੱਕ ਆਹ ਆਉਂਦਾ ਵਾ ਗ੍ਰੈਜ਼ੀਆ ਮਾਡਲ ਆਉਂਦਾ ਵਾ ਇਹ 2019 ਮਾਡਲ ਹੈ ਇਹ ਵੀ 56,000 ਦਾ ਮਿਲ ਜਾਏਗਾ ਠੀਕ ਹੈ ਇਸੇ ਤਰ੍ਹਾਂ ਹੀ ਆ ਹੀਰੋ ਵਾਲਿਆਂ ਦੀ ਡੈਸਟੀਨੀ ਆਉਂਦੀ ਹੈ 20 ਮਾਡਲ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹੈ 52,000 ਦੀ ਹੈ ਇੱਕ ਇਹਨਾਂ 'ਚ ਘੱਟ ਰੇਂਜ 'ਚ ਆਉਂਦੀ ਹੈ ਡਿਊਟ ਹੈ ਇਹ 2019 ਮਾਡਲ ਹੈ ਇਹ 40,000 ਦੀ ਮਿਲ ਜਾਏਗੀ ਠੀਕ ਹੈ ਇੱਕ ਹੋਰ ਘੱਟ ਰੇਂਜ 'ਚ ਆਉਂਦੀ ਹੈ ਯਾਮਾ ਵਾਲਿਆਂ ਦੀ ਸਕੂਟਰੀ ਹੈ ਤਾਂ ਇਹਦੀ ਰੇਟ ਉਨਾ ਹੀ ਹੈ ਪਰ ਇਹ ਥੋੜ੍ਹੀ ਮਾਰਕੀਟ ਘੱਟ ਕਰਕੇ ਸਸਤੀ ਮਿਲ ਜਾਂਦੀ ਹੈ 19 ਮਾਡਲ 35,000 ਦੀ ਮਿਲ ਜਾਏਗੀ ਸਟਾਕ ਇੱਥੇ ਵੀ ਬਹੁਤ ਖੜਿਆ ਹਜੇ ਇਹਨਾਂ ਨੇ ਆਪਣੇ ਘਰ 'ਚ ਵੀ ਬੜਾ ਲੋਡ ਸਟਾਕ ਕੀਤਾ ਹੋਇਆ ਹਾਂਜੀ ਜਿਸ ਤਰ੍ਹਾਂ ਵੀ ਇਹ ਮੈਂ ਤੁਹਾਨੂੰ ਦੱਸਿਆ ਵੀ ਯਾਰਡ 'ਚ ਵੀ ਖੜੇ ਨੇ ਆਹ ਹੁਣ ਥੋੜ੍ਹੇ ਬਹੁਤੇ ਸਰਵਿਸ ਵਗੈਰਾ ਹੋਣ ਵਾਲੀਆਂ ਚੀਜ਼ਾਂ ਨੇ ਇਹ ਜਿਸ ਤਰ੍ਹਾਂ ਇਹ 19 ਮਾਡਲ ਨੇ ਆਹ ਵੀ 19 ਮਾਡਲ ਹੈ ਆਹ ਵੀ 19 ਮਾਡਲ ਹੈ ਇਹ ਤੁਹਾਨੂੰ 55,000 ਦੀ ਰੇਂਜ 'ਚ ਦੱਸਿਆ ਸੀ ਮੈਂ ਪਹਿਲਾਂ ਹੀ ਤਿੰਨਾਂ ਦਾ 55,000 ਰੇਟ 55,000 ਪਰ ਪੀਸ ਹੈ ਠੀਕ ਹੈ ਅਤੇ ਇਹ 19 ਮਾਡਲ ਹੈ ਇਹ ਵੀ ਇਹ ਸਜੂਕੀ ਵਾਲਿਆਂ ਦੀ ਆਉਂਦੀ ਹੈ ਅਸੈਸ ਸਕੂਟਰੀ ਇਹ 45,000 ਦੀ ਮਿਲ ਜਾਏਗੀ ਠੀਕ ਹੈ ਐਕਟਿਵਾ ਖੜੀਆਂ ਹੀ ਨੇ ਉਹ ਇਹ 19 ਮਾਡਲ ਨੇ ਕੁਛ 18 ਇਹ 'ਚ ਇੱਕ 18 ਦੋ 19 ਖੜੀਆਂ ਜਿਹੜੀ 18 ਮਾਡਲ 50,000 ਦੀ ਜਿਹੜੀ 19 ਮਾਡਲ ਨੇ ਉਹ 55,000 ਦੀਆਂ ਠੀਕ ਹੈ ਅਗਲਾ ਸਟਾਕ ਇਹ ਯਾਮੇ ਵਾਲਿਆਂ ਦੀ ਸਕੂਟਰੀ ਹੈ RZ ਇਹ ਕੋਈ 45,000 ਦੀ 19 ਮਾਡਲ ਠੀਕ ਹੈ ਇਸੇ ਤਰ੍ਹਾਂ ਹੀ ਐਕਟਿਵਾ ਖੜੀ ਹੈ ਇਹ ਵੀ 19 ਮਾਡਲ ਹੈ ਆਹ ਐਕਟਿਵਾ ਖੜੀ ਹੈ ਇਹ 2021 ਮਾਡਲ ਹੈ ਥੋੜ੍ਹੀ ਤਿਆਰ ਹੋਣ ਵਾਲੀ ਹੈ ਇਹ ਕੋਈ 65,000 ਦੇ ਅਸੈਸ ਜਿਹੜੀ ਇਹ ਵੀ 2019 ਮਾਡਲ ਹੈ 45,000 ਦੀ ਠੀਕ ਹੈ ਹਾਂਜੀ ਇੱਕ ਆਹ ਐਲਟੋ ਹੈ ਇਹ ਵੀ ਬੈਂਕ ਤੋਂ ਲਈ ਹੋਈ ਹੈ ਇਹ 2011 ਮਾਡਲ ਹੈ ਇਹ ਤੁਹਾਨੂੰ 1,30,000 ਦੀ ਮਿਲ ਜਾਏਗੀ ਕੰਡੀਸ਼ਨ ਵਧੀਆ ਹਾਂਜੀ ਬਹੁਤ ਵਧੀਆ ਕੰਡੀਸ਼ਨ ਦੀ ਜੀ ਭਾਅ ਜੀ ਜੇ ਫਾਈਨਾਂਸ ਦੀ ਸੁਵਿਧਾ ਦੀ ਗੱਲ ਕਰੀਏ ਆਪਣੇ ਕੋਲ ਅਵੇਲੇਬਲ ਹੈ ਜੀ ਬਿਲਕੁਲ ਅਸੀਂ ਫਾਈਨਾਂਸ ਆਪ ਹੀ ਕਰੀਦਾ ਵਾ ਜੇ ਕਿਸੇ ਕਸਟਮਰ ਨੇ ਫਾਈਨਾਂਸ ਹੀ ਕਰਾਉਣਾ ਹੋਏ ਤਾਂ ਕਰਕੇ ਦੇ ਦੇਈਦਾ ਵਾ ਕਿੰਨੀ ਡਾਊਨ ਪੇਮੈਂਟ ਚੱਲੇਗੀ ਡਾਊਨ ਪੇਮੈਂਟ ਅਸੀਂ 25% ਲਈਦੀ ਹੈ ਜੇ ਕੋਈ ਥੋੜ੍ਹੇ ਜਿਹਾ ਦੂਰ ਹੈ ਸਾਡੇ ਜਿੱਦਾਂ ਗੁਰਦਾਸਪੁਰ 'ਚ ਪੈਂਦਾ ਉੱਥੋਂ ਥੋੜ੍ਹੇ ਜਿਹਾ ਦੂਰ ਹੈ ਤਾਂ ਫਿਰ ਉਹਦਾ ਵੀ ਫਾਈਨਾਂਸ ਹੋ ਜਾਊਗਾ ਜੀ ਬਿਲਕੁਲ ਕੋਈ ਗੱਲ ਨਹੀਂ ਉਹ ਦੂਰ ਨੇੜੇ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਈਵਨ ਕਿ ਮੈਂ ਤਾਂ ਮਕੇਰੀਆਂ ਤੱਕ ਇੱਧਰ ਤਲਵਾੜਾ ਸਾਈਡ ਇੱਥੋਂ ਤੱਕ ਦੇ ਫਾਈਨਾਂਸ ਕੀਤੇ ਹੋਏ ਕੇਸ ਨੇ ਮੇਰੇ ਕੋਲ ਠੀਕ ਹੈ ਹਾਂਜੀ ਅੱਛਾ ਇੱਕ ਵਾਰੀ ਆਪਣਾ ਐਡਰੈਸ ਦੱਸ ਦਿਓ ਕਿ ਤਾਂ ਜੋ ਜਿਨ੍ਹਾਂ ਨੇ ਆਉਣਾ ਹੋਏਗਾ ਥੋੜ੍ਹਾ ਈਜ਼ੀ ਹੋ ਜਾਏਗਾ ਜੀ ਬਿਲਕੁਲ ਮੇਰੀ ਦੁਕਾਨ ਦਾ ਨਾਮ ਹੈ ਫਰੈਂਡਸ ਆਟੋ ਡੀਲਰ ਇਹ ਕਾਦੀਆਂ ਪੈਂਦੀ ਹੈ ITI ਹੈ ਸਾਡੇ ਲਾਗੇ ਨੀਅਰ ITI ਬਟਾਲਾ ਰੋਡ ਹੈ ਕਾਦੀਆਂ ਸ਼ਹਿਰ ਵਾ ਭਾਅ ਜੀ ਜੇ ਕੋਈ ਐਕਸਚੇਂਜ ਕਰਨਾ ਚਾਹੇ ਹਾਂਜੀ ਬਿਲਕੁਲ ਐਕਸਚੇਂਜ ਕਰ ਸਕਦਾ ਜੀ ਕੋਈ ਵੀ ਪੁਰਾਣਾ ਮੋਟਰਸਾਈਕਲ ਦੇ ਕੇ ਸਾਡੇ ਕੋਲ ਬਿਲਕੁਲ ਵਧੀਆ ਕੰਡੀਸ਼ਨ ਤੇ ਖੜ ਸਕਦਾ ਵਾ ਠੀਕ ਹੈ ਵਾਜਬ ਰੇਟ ਲਾਇਆ ਜਾਏਗਾ ਬਿਲਕੁਲ ਜੋ ਵੀ ਮਾਰਕੀਟ ਰੇਟ ਉਹਨਾਂ ਦਾ ਵਧੀਆ ਰੇਟ ਲਾਇਆ ਜਾਏਗਾ
सो तुसीं देखिया दोस्तों सारा स्टॉक तो काफ़ी वधिया कंडीशन दे लगे हुए हैं। जो भी किसी ने आना होएगा तो तुम मेरा नाम लै दिओ, थोड़े बहुत तो पैसे जरूर घटाउणगे। तो बाकी बड़े सालों दा काम करदे इन्हां नूं, मेरे सानूं 20-25 साल हो गए होने काम करदे नूं। तो एक इन्हां दा पक्का टिकाणा, किसी तरह का कोई धोखा फरेब कुछ नहीं हुंदा। तो बहुत वधिया बंदे आ, मेरे बहुत पुराने मित्र आ। तुसीं एक वारी विजिट जरूर करो जे तुसीं कोई टू व्हीलर लैणा। हाँ एक गल होर, जिहड़े कोई अपने कारोबार वास्ते छोटियां रेहड़ियां तैयार करते हैं, जुगाड़ तैयार करते हैं, उन्होंने वास्ते भी इन्हों को ना काफ़ी पुराने मोटरसाइकिल खड़े आ स्टॉक के, जे कोई लैना चाहता तो वह भी एक बार आ के जरूर देख ले, उन्होंने शायद कोई काम की चीज़ मिल जाए। चलो दोस्तों फिर जल्दी मिलते हैं जी। वाहेगुरू जी का खालसा, वाहेगुरू जी की फतह।